ਜਿਹਨੂੰ ਇਹ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਤੇ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਗੱਲ ਕਰਾਂਗੇ ਬੰਪਰ ਪੰਜਾਬ ਪੁਲਿਸ ਭਰਤੀ ਬਾਰੇ ਫਿਲਹਾਲ ਦੋਸਤੋ ਪੰਜਾਬ ਪੁਲਿਸ ਭਰਤੀ 2023 ਦੀ ਗੱਲ ਕਰੀਏ ਤਾਂ ਉਸ ਦੀ ਪ੍ਰੋਸੈਸ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਫਿਲਹਾਲ ਤੱਕ ਜਿਹੜੇ ਫਿਜ਼ੀਕਲ ਹੈ ਉਹ ਕੰਪਲੀਟ ਹੋਣ ਨੂੰ ਆਇਆ ਹੈ ਤੇ ਇੱਥੇ ਦੋਸਤੋ ਨੈਕਸਟ ਜਿਹੜੀ ਤੁਹਾਡੀ ਪ੍ਰੋਸੈਸ ਓ ਦਿਤੋ ਨਾ ਮੈਨੂੰ ਲੱਗਦਾ ਦਸੰਬਰ ਐਂਡ ਤੱਕ ਤੁਹਾਡੀ ਨੈਕਸਟ ਪ੍ਰੋਸੈਸ ਜਿਹੜੀ ਆ ਉਹ ਸਟਾਰਟ ਹੋ ਜਾਏਗੀ ਤੇ ਜਵਾਨ ਪੁੱਛ ਰਹੇ ਸੀ ਕਿ ਜਿਹੜੇ ਜਿੰਨੇ ਵੀ ਜਵਾਨਾਂ ਨੇ ਫਿਜ਼ੀਕਲ ਕਲੀਅਰ ਕੀਤਾ ਹੈ ਕਿ ਸਾਰਿਆਂ ਨੂੰ ਨੈਕਸਟ ਪ੍ਰੋਸੈਸ ਵਾਸਤੇ ਬੁਲਾਇਆ ਜਾਵੇਗਾ ਜਾਂ ਫਿਰ ਕੋਈ ਕਟ-ਆਫ ਜਾਰੀ ਹੋਏਗੀ ਤਾਂ ਦੇਖੋ ਬਈ ਮੈਨੂੰ ਤਾਂ ਆਹੀ ਲੱਗਦਾ ਕਿ ਤੁਹਾਨੂੰ ਇੱਕ ਕਟ-ਆਫ ਜ਼ਰੂਰ ਦਿੱਤੀ ਜਾਵੇਗੀ ਤੇ ਉਸੇ ਕਟ-ਆਫ ਦੇ ਅਕੋਰਡਿੰਗ ਜਿਹੜੇ ਹੈ ਨੈਕਸਟ ਪ੍ਰੋਸੈਸ ਵਾਸਤੇ ਤੁਹਾਨੂੰ ਬੁਲਾਇਆ ਜਾਵੇਗਾ ਭਾਵੇਂ ਉਹ ਤੁਹਾਡਾ ਜਿਹੜਾ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋਵੇ ਭਾਵੇਂ ਮੈਡੀਕਲ ਹੋਵੇ ਠੀਕ ਹੈ ਤਾਂ ਤੁਹਾਨੂੰ ਇੱਕ ਕਟ ਇਹ ਡਿਪਾਰਟਮੈਂਟ ਤੇ ਡਿਪੈਂਡ ਹੈ ਠੀਕ ਹੈ ਤਾਂ ਇਹ ਤਾਂ ਹੋ ਗਈ ਆਪਣੀ ਪੁਰਾਣੀ ਭਾਰਤੀ ਦੀ ਗੱਲ ਤੇ ਮੰਨ ਕੇ ਚੱਲੋ ਕਿ ਦਸੰਬਰ ਐਂਡ ਤੱਕ ਤੁਹਾਨੂੰ ਸੱਦ ਲਿਆ ਜਾਊਗਾ ਜਿਹੜੇ ਵੀ ਜਵਾਨਾਂ ਨੂੰ ਉਹਨਾਂ ਨੇ ਬੁਲਾਣਾ ਹੈ ਸੋ ਤੁਸੀਂ ਆਪੋ ਆਪ ਦੇ ਡਾਕੂਮੈਂਟ ਜਰੂਰ ਰੈਡੀ ਕਰ ਲੈਣੇ ਤੇ ਡਾਕੂਮੈਂਟ ਦੇ ਵਿੱਚ ਦੋਸਤੋ ਗੱਲ ਕਰੀਏ ਤਾਂ ਜਿਵੇਂ ਤੁਹਾਡੀ 10th ਦੀ ਮਾਰਕਸ਼ੀਟ ਹੋਗੀ ਠੀਕ ਹੈ ਪਲੱਸ 2 ਦੀ ਤੁਹਾਡੀ ਮਾਰਕਸ਼ੀਟ ਹੋਗੀ ਰੈਜ਼ਿਡੈਂਸ ਹੋ ਗਿਆ ਤੁਹਾਡੇ ਕੋਲ ਠੀਕ ਹੈ ਜੇ ਤੁਸੀਂ ਰਾਖਵੀ ਕੈਟਾਗਰੀ ਦੇ ਵਿੱਚ ਹੋ ਤਾਂ ਆਪਦੀ ਕੈਟਾਗਰੀ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਇੱਕ ਉਹ ਜੋ ਡਾਕੂਮੈਂਟ ਹੈ ਇਹ ਤੋਂ علاوہ ਕੋਈ ਆਈਡੀ ਪ੍ਰੂਫ ਜਿਵੇਂ ਆਧਾਰ ਕਾਰਡ ਹੋ ਗਿਆ ਵੋਟਰ ਕਾਰਡ ਹੋ ਗਿਆ ਇਹ ਚੀਜ਼ਾਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਪਾਸਪੋਰਟ ਸਾਈਜ਼ ਫੋਟੋਆਂ ਹੋ ਗਈ ਸੋ ਇਹ ਚੀਜ਼ਾਂ ਤੁਸੀਂ ਆਪਦੀ ਰੈਡੀ ਰੱਖਣੀ ਹੈ ਤੇ ਇਹ ਵੀ ਮੰਨ ਕੇ ਚੱਲੋ ਕਿ ਤੁਹਾਨੂੰ ਕੋਈ ਜ਼ਿਆਦਾ ਟਾਈਮ ਨਹੀਂ ਦਿੱਤਾ ਜਾਵੇਗਾ ਠੀਕ ਹੈ ਤੁਹਾਨੂੰ ਬਸ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਕਰਨੀ ਹੋਏਗੀ ਡਾਕੂਮੈਂਟ ਦੀ ਉਹ ਕਰ ਲੈਣਗੇ ਤੇ ਨੈਕਸਟ ਤੁਹਾਡੀ ਪ੍ਰੋਸੈਸ ਮੈਡੀਕਲ ਵਾਲੀ ਸਟਾਰਟ ਹੋ ਜਾਏਗੀ ਸੋ ਇਹ ਤਾਂ ਹੋ ਗਈ ਪੁਰਾਣੀ ਭਰਤੀ ਦੀ ਗੱਲ ਤੇ ਹੁਣ ਬਈ ਨਵੀਂ ਭਰਤੀ ਜੁੜੀ ਦੋਸਤੋ ਉਹ ਤਾਂ ਕਹਿ ਲਓ ਵੀ ਬੰਪਰ ਪੋਸਟਾਂ ਨੇ ਤੇ ਜਿਹੜੇ ਜਵਾਨ ਬਾਈ ਇੱਥੇ ਸਿਲੈਕਟ ਹੋ ਗਏ ਵਧੀਆਂ ਗਲੇਟ ਜੇ ਕੋਈ ਮਾੜੇ ਮੋٹے ਨੰਬਰਾਂ ਤੋਂ ਰਹਿ ਗਿਆ ਜਾਂ ਕਿਸੇ ਵੀ ਰੀਜ਼ਨ ਕਰਕੇ ਕਿਸੇ ਨੂੰ ਕੁਆਲੀਫਾਈ ਜਿਹੜਾ ਫਿਜ਼ੀਕਲ ਕੁਆਲੀਫਾਈ ਨਹੀਂ ਹੋਇਆ ਤਾਂ ਨਰਾਸ਼ ਹੋਣ ਦੀ ਜਰੂਰਤ ਨਹੀਂ ਹੈ 2024 ਦੇ ਵਿੱਚ ਦੋਸਤੋ ਪੁਲਿਸ ਦੀ ਬੰਪਰ ਪੋਸਟਾਂ ਆਊਟ ਹੋ ਰਹੀ ਹੈ ਬੰਪਰ ਦਾ ਮਤਲਬ ਦੋਸਤੋ ਇਹ ਕਿ ਬੰਪਰ ਹੈ ਤੇ ਸ਼ਾਇਦ ਤੁਸੀਂ ਇਹ ਮੰਨ ਲਓ ਵੀ ਪੰਜਾਬ ਪੁਲਿਸ ਹਿਸਟਰੀ ਵਿੱਚ ਕਦੇ ਇਦਾਂ ਦੇ ਰੈਂਕ ਡਾਇਰੈਕਟ ਨਹੀਂ ਆਏ ਜਿਹੜੇ ਤੁਹਾਨੂੰ 2024 ਵਿੱਚ ਦੇਖਣ ਨੂੰ ਮਿਲਣਗੇ ਸੋ ਨਵੇਂ ਜਵਾਨਾਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਮੌਕਾ ਹੈ ਤੇ ਜਿਹੜੇ ਵੀ ਪੁਰਾਣੇ ਮਾੜੇ ਮੋ ਵਰਕ ਹੋਰ ਕਰ ਲੋਗੇ ਤਾਂ ਵਧੀਆ ਰੈਂਕ ਦੀ ਪੋਸਟ ਤੁਸੀਂ ਲੈ ਸਕਦੇ 2024 ਦੀ ਪੋਸਟਾਂ ਦੀ ਗੱਲ ਕਰੀ ਤਾਂ ਸਭ ਤੋਂ ਪਹਿਲਾਂ ਦੋਸਤੋ ਇੱਥੇ ਜਿਹੜੀ ਪੋਸਟਾਂ ਦੀ ਅਨਾਉਂਸਮੈਂਟ ਹੋਈ ਹੈ ਜੀ 1300 ਮੁਲਾਜ਼ਮ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸੜਕ ਸੁਰੱਖਿਆ ਫੋਰਸ ਦੇ ਵਿੱਚ ਭਰਤੀ ਹੋਣਗੇ ਤੇ ਇਸ ਦੀ ਡਿਟੇਲ ਵੀਡੀਓ ਮੈਂ ਤੁਹਾਨੂੰ ਪਹਿਲਾਂ ਹੀ ਪ੍ਰੋਵਾਈਡ ਕਰਵਾਈ ਹੋਈ ਹੈ ਕਿ ਕਿੰਨੇ ਕਿਲੋਮੀਟਰ ਦਾ ਏਰੀਆ ਤੁਹਾਨੂੰ ਦਿੱਤਾ ਜਾਊਗਾ ਕਿਸ ਤਰੀਕੇ ਨਾਲ ਇਹ ਫੋਰਸ ਬਣੇਗੀ ਇੱਕ ਫੋਰਸ ਪਹਿਲਾਂ ਬਣ ਚੁੱਕੀ ਹੈ ਤੇ 1300 ਜਿਹੜੇ ਨਵੇਂ ਮੁਲਾਜ਼ਮ ਇਸ ਦੇ ਵਿੱਚ ਹੋਰ ਭਰਤੀ ਹੋਣੀ ਹੈ ਠੀਕ ਹੈ ਇਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰੀਏ ਹਾਂ ਨਾਲ ਦੇ ਨਾਲ ਮੈਰਡ ਗੱਲ ਕਰਦੇ ਵੀ ਚਲਾਂਗੇ ਫਿਲਹਾਲ ਦੋਸਤੋ ਆਪਣੀ ਜਿਹੜੀ ਭਰਤੀ ਚੱਲ ਰਹੀ ਹੈ 2023 ਵਾਲੀ ਇਹ ਡਿਸਟ੍ਰਿਕਟ ਕੈਡਰ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਡਿਸਟ੍ਰਿਕਟ ਕੈਡਰ ਦੇ ਵਿੱਚ ਤਕਰੀਬਨ 2100 ਪੋਸਟਾਂ ਦੇ ਮਾਮਸਮ ਤੇ ਭਰਤੀ ਚੱਲ ਰਹੀ ਹੈ ਤੇ ਜਿਹੜੀ ਆਪਾਂ ਅੱਗੇ ਪੋਸਟਾਂ ਦੀ ਗੱਲ ਕਰਾਂਗੇ ਜਿਹੜੀ ਆਪਣੀ ਪੋਸਟ ਹੈ ਜੀ 1450 ਇਹ ਕਹਿ ਰਹੇ ਵੀ ਆਰਮਡ ਕਾਡਰ ਦੇ ਵਿੱਚ ਹੈ ਠੀਕ ਹੈ ਇਹ ਜਿਹੜੀ ਪੋਸਟ ਹੈ ਆਰਮਡ ਕਾਡਰ ਦੇ ਵਿੱਚ ਹੋਣੀ ਹੈ ਸੋ ਇਸ ਦੇ ਵਿੱਚ ਕੀ ਹੋਏਗਾ ਦੋਸਤੋ ਰੈਂਕ ਜਿਹੜੇ ਹੈ ਉਹ ਬਹੁਤ ਵਧੀਆ ਚੋਟੀ ਦੇ ਰੈਂਕ ਤੁਸੀਂ ਕਹਿ ਸਕਦੇ ਹੋ ਤੇ ਜੇ ਤੁਸੀਂ ਬਈ ਹਾਰਡ ਵਰਕ ਕਰਦੇ ਹੋ ਪੂਰੀ ਇਮਾਨਦਾਰੀ ਨਾਲ ਤੁਸੀਂ ਮਿਹਨਤ ਕਰਦੇ ਹੋ ਡਾਇਰੈਕਟ ਤੁਸੀਂ ਇਨਸਪੈਕਟਰ ਭਰਤੀ ਹੋ ਸਕਦੇ ਹੋ 50 ਪੋਸਟਾਂ ਜਿਹੜੀਆਂ ਇਨਸਪੈਕਟਰਾਂ ਦੀ ਇਹਨਾਂ ਨੇ ਕੱਢੀ ਹੈ ਠੀਕ ਹੈ ਇਸ ਤੋਂ ਇਲਾਵਾ ਬਈ 150 ਐਸਆਈ ਦੀ ਪੋਸਟਾਂ ਨੇ 500 ASI ਦੀ ਪੋਸਟਾਂ ਨੇ 750 ਇਹਨਾਂ ਨੇ ਹੈੱਡ ਕਨਸਟੇਬਲ ਦੀ ਪੋਸਟ ਕੱਢੀ ਐ ਤੇ ਇੱਕ ਤੋਂ ਇੱਕ ਸਿਰੇ ਹਾਈ ਰੈਂਕ ਦੀ ਪੋਸਟ ਐ ਕੁੱਲ ਮਿਲਾ ਕੇ ਤੁਸੀਂ 1450 ਪੋਸਟਾਂ ਇੱਥੇ ਦੇਖ ਸਕਦੇ ਹੋ ਤੇ ਕਾਂਸਟੇਬਲ ਦੀ ਪੋਸਟ ਇਹਨਾਂ ਵਿੱਚ ਇਨਕਲੂਡ ਨਹੀਂ ਹੈ ਕਾਂਸਟੇਬਲ ਦੀ ਵੱਖਰੀ ਹੋਏਗੀ ਜਿਵੇਂ ਫਿਲਹਾਲ ਆਪਣੇ 2100 ਪੋਸਟਾਂ ਤੇ ਭਰਤੀ ਚੱਲ ਰਹੀ ਹੈ ਜਿਸ ਦੇ ਵਿੱਚੋਂ 300 ਤਕਰੀਬਨ ਤੁਸੀਂ ਕਹਿ ਲਓ ਵੀ ਐਸਆਈ ਹੈ 1700 ਦੇ ਮਮਸਮ ਕਾਂਸਟੇਬਲ ਦੀ ਭਰਤੀ ਚੱਲ ਰਹੀ ਹੈ ਤੇ ਡਿਸਟ੍ਰਿਕਟ ਕੈਡਰ ਦੇ ਵਿੱਚ ਹੈ ਠੀਕ ਹੈ ਇਸੇ ਤਰੀਕੇ ਨਾਲ ਨੈਕਸਟ ਜਿਹੜੀ 1700 ਪੋਸਟ ਆਰਮਡ ਕੈਡਰ ਦੇ ਵਿੱਚ ਹੋ ਸਕਦੀ ਹੈ ਜਾਂ ਹੋ ਸਕਦੀ ਹੈ ਅੱਧੀ ਅੱਧੀ ਪੋਸਟਾਂ ਹੋ ਜੇ ਤਕਰੀਬਨ 1000 ਦੇ ਮਮਸਮ ਆਰਮਡ ਦੇ ਵਿੱਚ ਹੋ ਜੇ 700 ਡਿਸਟ੍ਰਿਕਟ ਦੇ ਵਿੱਚ ਹੋ ਜੇ ਤਾਂ ਇਸ ਤਰੀਕੇ ਦੀ ਭਰਤੀ ਪ੍ਰੋਸੈਸ ਚੱਲੇਗੀ ਠੀਕ ਹੈ ਆਪਣੀ 2000 ਜਿਹੜੀ 41 ਸ਼ਾਇਦ ਪੋਸਟਾਂ ਸੀ 4300 ਦੇ ਮਮਸਮ ਪੋਸਟਾਂ ਸੀ ਉਸ ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜੀ ਡਿਸਟ੍ਰਿਕਟ ਦੀ ਸੀ ਤੇ ਉਹ ਬਾਕੀ ਜਿਹੜੀ ਰਹਿੰਦੀ ਪੋਸਟਾਂ ਸੀ ਉਹ ਆਰਮਡ ਦੀ ਸੀ ਠੀਕ ਹੈ ਬਟ ਇਹ ਗਲਤੀਆਂ ਰੱਖਿਓ ਡਿਸਟ੍ਰਿਕਟ ਵਾਲੀ ਜਿਹੜੀ ਪੋਸਟਾਂ ਹੁੰਦੀ ਹੈ ਉਸ ਦੇ ਵਿੱਚ ਥੋੜੀ ਜਿਹੀ ਮੈਰਿਟ ਹਾਈ ਜਾਂਦੀ ਹੈ ਆਰਮਡ ਦੇ ਵਿੱਚ ਇੰਨੀ ਹਾਈ ਮੈਟ ਤਾਂ ਨਹੀਂ ਜਾਂਦੀ ਬਟ ਫੇਰ ਵੀ ਕਾਟੇ ਦੀ ਟੱਕਰ ਹੁੰਦੀ ਹੈ ਕਿਉਂਕਿ ਕੰਪੀਟੀਸ਼ਨ ਜਿਹੜਾ ਉਹ ਦਿਨੋ ਦਿਨ ਵਧ ਰਿਹਾ ਸੋ ਇਹਨਾਂ ਪੋਸਟਾਂ ਦੀ ਆਪਾਂ ਗੱਲ ਕਰ ਲਈ ਇਸ ਤੋਂ ਇਲਾਵਾ ਵੀ ਦੋਸਤੋ ਤਕਨੀਕੀ ਤੇ ਖੇਡ ਕਾਡਰ ਦੇ ਵਿੱਚ ਜਾਰੀ ਹੋਏਗੀ ਤੇ ਇੱਥੋਂ ਤੁਸੀਂ ਪੋਸਟਾਂ ਦੇਖ ਸਕਦੇ ਹੋ 267 ਐਸਆਈ ਆਪਣੇ 2340 ਕਾਂਸਟੇਬਲ ਨੇ ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਕਾਡਰ ਦੇ ਵਿੱਚ 787 ਹੌਲਦਾਰ ਤੇ 362 ਕਾਂਸਟੇਬਲ ਇੰਟੈਲੀਜੈਂਸ ਕਾਡਰ ਦੇ ਵਿੱਚ 794 ਕਾਂਸਟੇਬਲ ਜਿਹੜੇ ਆ ਉਹ ਭਰਤੀ ਕੀਤੇ ਜਾਣਗੇ ਆਹੀ ਜਿਹੜੀ ਭਰਤੀ ਹੈ ਦੋਸਤੋ 2021 ਦੇ ਵਿੱਚ ਵੀ IC ਸੇਮ ਤਰ੍ਹਾਂ ਦੀ ਪੋਸਟਾਂ ਜਾਰੀ ਹੋਈ ਸੀ ਠੀਕ ਹੈ ਇਹ ਵੱਖਰੀ ਗੱਲ ਹੈ ਕਿ 2024 ਸਟਾਰਟ ਹੋਣ ਨੂੰ ਆਇਆ ਹੈ ਅਜੇ ਤੱਕ ਇਸ ਭਰਤੀ ਦੀ ਜਿਹੜੀ ਪ੍ਰੋਸੈਸ ਹੈ ਉਹ ਕੰਪਲੀਟ ਨਹੀਂ ਹੋਈ ਐਸੇ ਕਰਕੇ ਔਰੇ ਜੋ ਹੋਰੇ ਜਵਾਨ ਜਿਹੜੇ ਰੋਲਾ ਪਾਉਂਦੇ ਐ ਵੀ ਏਜ ਦੇ ਵਿੱਚ ਛੂਟ ਦਿਓ ਕਿਉਂਕਿ 2021 ਵਾਲੀ ਭਰਤੀ ਹੈ ਹਲੇ ਤੱਕ ਕੰਪਲੀਟ ਨਹੀਂ ਹੋਈ ਤੇ ਇਹ ਵੀ ਮੰਨੋ ਕਿ 2022 ਦਸੰਬਰ 25 ਦਸੰਬਰ ਤੋਂ ਬਾਅਦ ਹੀ ਆਈ ਥਿੰਕ ਇਹਨਾਂ ਦੇ ਫਿਜ਼ੀਕਲ ਹੋਏ ਸੀ ਤੇ ਅਜੇ ਤੱਕ ਜਵਾਨਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਕਿੰਨੇ ਜਵਾਨ ਇੱਥੇ ਕਲੀਅਰ ਐ ਕਿਹੜੇ-ਕਿਹੜੇ ਜਵਾਨ ਅਸੀਂ ਸਿਲੈਕਟ ਕੀਤੇ ਐ ਨੈਕਸਟ ਪ੍ਰੋਸੈਸ ਤਾਂ ਬਾਅਦ ਦੀ ਗੱਲ ਐ ਅਜੇ ਤੱਕ ਜਵਾਨ ਵੇਟ ਕਰ ਰਿਹਾ ਕਿ ਸਾਡਾ ਰਿਜ਼ਲਟ ਕੀ ਰਿਹਾ ਕੀ ਸੀ ਸਿਲੈਕਟ ਹੋਇਆ ਜਾਂ ਨਹੀਂ ਹੋਇਆ ਅਜੇ ਵੀ ਡਾਊਟ ਵਿੱਚ ਚੱਲ ਰਿਹਾ ਤੇ 1 ਸਾਲ ਹੋ ਗਿਆ ਫਿਜ਼ੀਕਲ ਹੋਏ ਨੂੰ ਠੀਕ ਹੈ ਇਹ ਵੱਖਰੀ ਗੱਲ ਹੈ ਬਟ ਹਾਂ ਪੋਸਟਾਂ ਦੀ ਅਨਾਉਂਸਮੈਂਟ ਹੋਈ ਹੈ ਸੋ ਜੇ ਤੁਸੀਂ ਵਧੀਆ ਪਰਫਾਰਮ ਕਰਕੇ ਹਾਈ ਰੈਂਕ ਲੈ ਲੈਂਦੇ ਹੋ ਬਹੁਤ ਵਧੀਆ ਨੰਬਰ ਲੈ ਲੈਂਦੇ ਹੋ ਫਿਰ ਤਾਂ ਬਿਲਕੁਲ ਸ਼ੋਰ ਹੋ ਕਿ ਤੁਹਾਡਾ ਸਿਲੈਕਸ਼ਨ ਹੋ ਜਾਏਗਾ ਬਟ ਹਾਂ ਜੇ ਥੋੜੇ-ਮੋਟੇ ਕੱਟ-ਆਫ ਦੇ ਆਸ-ਪਾਸੇ ਤੁਹਾਡੇ ਨੰਬਰ ਰਹਿੰਦੇ ਆ ਫਿਰ ਇੱਕ ਵਾਈ ਤਲਵਾਰ ਜੀ ਤੁਹਾਡੇ ਗਲੇ ਤੇ ਅਟਕੀ ਰਹਿੰਦੀ ਹੈ ਕਿ ਪਤਾ ਨਹੀਂ ਸਿਲੈਕਟ ਹੋਵਾਂਗਾ ਜਾਂ ਰਿਜੈਕਟ ਹੋਵਾਂਗਾ ਸੋ ਇਹ ਥੋੜੀ ਜੀ ਟੈਨਸ਼ਨ ਵਾਲੀ ਗੱਲ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਕੀ ਕਰਨਾ ਹੈ ਪਹਿਲਾਂ ਤੋਂ ਹੀ ਆਪਦਾ ਹਾਰਡ ਵਰਕ ਕਰਕੇ ਰੱਖਣਾ ਹੈ ਤਾਂ ਕਿ ਬਾਅਦ ਦੇ ਵਿੱਚ ਕੱਟ-ਆਫ ਨੂੰ ਲੈ ਕੇ ਤੁਹਾਨੂੰ ਟੈਨਸ਼ਨ ਨਾ ਥੋੜਾ ਲੋ ਹਾਈ ਨਾ ਹੋਵੇ ਠੀਕ ਹੈ ਇਸ ਤੋਂ ਇਲਾਵਾ ਇਹ ਜਿਹੜੀ ਪੋਸਟਾਂ ਹੈ ਬਈ 1450 ਬਹੁਤ ਜ਼ਿਆਦਾ ਹਾਈ ਰੈਂਕ ਦੀ ਪੋਸਟਾਂ ਕਹਿ ਲਓ ਤੇ ਪਹਿਲੀ ਵਾਰ ਪਹਿਲੀ ਵਾਰ ਇਸ ਤਰੀਕੇ ਦੀ ਪੋਸਟਾਂ ਜਿਹੜੀ ਹੈ ਪੰਜਾਬ ਪੁਲਿਸ ਦੇ ਵਿੱਚ ਭਰੇ ਜਾਵੇਗੀ ਸੋ ਤੁਹਾਡੇ ਵਾਸਤੇ ਕਹਿ ਲਓ ਵੀ 골ਡਨ ਚਾਂਸ ਹੋਣ ਵਾਲਾ ਹੈ ਠੀਕ ਹੈ ਜੇ ਤੁਸੀਂ ਡਾਇਰੈਕਟ ਇੰਸਪੈਕਟਰ ਲੱਗਣਾ ਚਾਹੁੰਦੇ ਹੋ ਹੁਣੇ ਤੋਂ ਦਿਨ ਰਾਤ ਇੱਕ ਕਰਨਾ ਸਟਾਰਟ ਕਰ ਦੋ ਤੇ ਹਾਂ ਜੇ ਤੁਹਾਡਾ ਕੋਈ ਡਾਊਟ ਹੈ ਤੁਹਾਨੂੰ ਗੱਲ ਨਹੀਂ ਸਮਝ ਆ ਰਹੀ ਕਿ ਭਾਰਤੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਸਟਾਰਟ ਹੁੰਦੀ ਹੈ ਕਿੱਦਾਂ ਇਹਦੀ ਪ੍ਰੋਸੈਸ ਹੁੰਦੀ ਹੈ ਕਿਹੜੇ-ਕਿਹੜੇ ਸਟੈਪ ਹੁੰਦੀ ਹੈ ਜਿਹੜੇ ਕੋਈ ਵੀ ਤੁਹਾਡੇ ਡਾਊਟ ਹੋਣ ਤੁਸੀਂ ਸਾਨੂੰ ਪੁੱਛ ਸਕਦੇ ਹੋ WhatsApp ਗਰੁੱਪ ਤੇ ਵੀ ਪੁੱਛ ਸਕਦੇ ਹੋ ਜੇ ਆਪਣੇ ਕਮੈਂਟ ਬਾਕਸ ਦੇ ਵਿੱਚ ਪੁੱਛਣਾ ਚਾਹੁੰਦੇ ਹੋ ਤਾਂ ਉੱਥੇ ਵੀ ਪੁੱਛ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਪੁਲਿਸ ਭਰਤੀ ਵਾਲੇ ਜਵਾਨ ਹੈ ਸਾਰੇ ਡਾਊਟ ਉਹਨਾਂ ਦੇ ਕਲੀਅਰ ਕੀਤੇ ਜਾਣ ਤੇ ਉਹਨਾਂ ਦੀ ਪੂਰੀ ਹੈਲਪ ਜਿਹੜੀ ਹੈ ਉਹ ਕਰੀ ਜਾਵੇ ਠੀਕ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਤਾਂ ਇਹ ਸਾਰੀ ਭਰਤੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਤਾਂ ਹੁਣ ਤੁਹਾਡੇ ਕੋਲ ਬਈ ਮੌਕੇ ਤਾਂ ਬਹੁਤ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿੰਨੀ ਕ ਮਿਹਨਤ ਕਰ ਲੈਂਦੇ ਹੋ ਕਿ ਤੁਸੀਂ ਆਪਦੇ ਟਾਰਗੇਟ ਨੂੰ ਲੈ ਕੇ ਪੂਰੀ ਇਮਾਨਦਾਰੀ ਰੱਖਦੇ ਹੋ ਜਾਂ ਨਹੀਂ ਰੱਖਦੇ ਠੀਕ ਹੈ ਇਸ ਤੋਂ ਅਲਾਵਾ ਬਈ ਆਪਣੇ ਮਨ ਕੇ ਚੱਲੋ ਦਸੰਬਰ ਦੇ ਲਾਸਟ ਤੱਕ ਇਹ ਜਿਹੜੀ ਪੰਜਾਬ ਪੁਲਿਸ ਭਰਤੀ 2023 ਹੈ ਇਸ ਦੀ ਨੈਕਸਟ ਪ੍ਰੋਸੈਸ ਸਟਾਰਟ ਹੋ ਜੇਗੀ ਸੋ ਆਪਦੇ ਤੁਸੀਂ ਡਾਕੂਮੈਂਟ ਤਿਆਰ ਰੱਖਣੇ ਆ ਜੇ ਤੁਸੀਂ 2023 ਵਾਲੇ ਭਰਤੀ ਦੇ ਜਵਾਨ ਹੋ ਜੇ ਬਈ 2024 ਵਾਲੇ ਭਰਤੀ ਦੇ ਜਵਾਨ ਹੋ ਤਾਂ ਆਪਦੇ ਨੋਟਸ ਵਾਸਤੇ ਕਾਪੀ ਪੈਨ ਤਿਆਰ ਕਰ ਲਓ ਕਲਾਸਿਸ ਜਿਹੜੀ ਹੈ ਜਿਆਦਾ ਇੱਕ ਵਾਰ ਕਿਤੇ ਵੀ ਇਨਵੈਸਟ ਕਰਨ ਦੀ ਜ਼ਰੂਰਤ ਹੈ ਨਹੀਂ YouTube ਤੇ ਬੈਸਟ ਤੋਂ ਬੈਸਟ ਕਲਾਸਿਸ ਅਵੇਲੇਬਲ ਹੈ ਉਹਨਾਂ ਨੂੰ ਰੀਡ ਕਰਕੇ ਤੁਸੀਂ ਆਪਦੇ ਨੋਟਸ ਬਣਾ ਲਓ ਠੀਕ ਹੈ ਤੇ ਉਹ ਨੋਟ ਸੀ ਤੁਹਾਡੇ एग्जाम ਵੇਲੇ ਕੰਮ ਆਣਗੇ ਤੇ ਹਾਂ ਜਦੋਂ ਪੋਸਟਾਂ ਤੁਹਾਡੀ ਆ ਜੇ ਤਾਂ ਉਸ ਤੋਂ ਬਾਅਦ ਤੁਸੀਂ ਕੀ ਤੁਹਾਨੂੰ ਜੇ ਲੱਗਦਾ ਵੀ ਤੁਹਾਡਾ ਕੋਈ ਸਬਜੈਕਟ ਵੀਕ ਰਹਿ ਗਿਆ ਤੇ ਉਹ ਉਸ ਦੇ ਅਕੋਰਡਿੰਗ ਜਿਹੜੇ ਤੁਸੀਂ ਕੋਈ ਵੇਚ ਵਗੈਰਾ ਲੈ ਕੇ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਸੀਂ ਆਪਦੀ ਤਿਆਰੀ ਕਰ ਲੈਣੀ ਹੈ ਸੋ ਮੈਂ ਪੂਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਨਵੀਂ ਭਰਤੀ ਦੀ ਪੁਰਾਣੀ ਭਰਤੀ ਦੀ ਇਸ ਤੋਂ ਇਲਾਵਾ ਤੁਹਾਡਾ ਡਾਊਟ ਹੈ ਤਾਂ ਬਈ ਪੁੱਛ ਲਿਓ ਤੇ ਬਾਕੀ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਹਾਂ ਚੈਨਲ ਤੇ ਪਹਿਲੀ ਵਾਰ ਵਿజిਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ 올 ਤੇ ਪ੍ਰੈਸ ਕਰਕੇ ਛੱਡ ਦਿਓ ਤਾਂ ਕਿ ਜਿਹੜੀ ਕੋਈ ਅਪਡੇਟ ਆਏ ਜਾਂ ਜਿਹੜੀ ਇੰਪੋਰਟੈਂਟ ਜਾਣਕਾਰੀ ਹੋਵੇ ਉਹ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਜਾਏ ਠੀਕ ਹੈ ਤਾਂ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਆ